कम से कम 20 मिनट और सर, आप बोले 30 मिनट और बोले। ਏਸ਼ੀਆ ਦੀ ਟੌਪ 10 ਲਿਸਟ ਵਿੱਚ ਆਉਣ ਵਾਲਾ ਇੱਕ ਕੇਸ਼ ਅੰਬਾਨੀ ਵੀ ਹੈ, ਜਿਸ ਦੇ ਪੁੱਤਰ ਅਨੰਤ ਅੰਬਾਨੀ ਦੀ ਬੀਤੇ ਦਿਨੀ ਪ੍ਰੀ ਵੈਡਿੰਗ ਸੀ, ਅਤੇ ਇਸ ਪ੍ਰੀ ਵੈਡਿੰਗ ਦੌਰਾਨ ਜਿੱਥੇ ਬਾਲੀਵੁੱਡ ਅਤੇ ਹਾਲੀਵੁੱਡ ਦੇ ਸਾਰੇ ਸਟਾਰਸ ਆਏ ਸੀ, ਉੱਥੇ ਹੀ ਦਿਲਜੀਤ ਦੁਸਾਂਝ ਨੂੰ ਵੀ ਸ਼ੋਅ ਲਾਉਣ ਲਈ ਇਨਵਾਈਟ ਕੀਤਾ ਗਿਆ, ਅਤੇ ਇਸ ਸ਼ੋਅ ਦੌਰਾਨ ਦਿਲਜੀਤ ਦੁਸਾਂਝ ਨੇ ਸਭ ਦਾ ਦਿਲ ਜਿੱਤ ਲਿਆ। ਜਿੱਥੇ ਉਸਨੇ ਸਾਰੇ ਬਾਲੀਵੁੱਡ ਨੂੰ ਨਚਾਇਆ, ਉੱਥੇ ਹੀ ਅਨੰਤ ਅੰਬਾਨੀ ਨੂੰ ਵੀ ਨੱਚਣ ਦੇ ਲਈ ਮਜਬੂਰ ਕਰ ਦਿੱਤਾ। ਪੂਰਾ ਅੰਬਾਨੀ ਪਰਿਵਾਰ ਦਿਲਜੀਤ ਦੁਸਾਂਝ ਦੇ ਸ਼ੋਅ ਤੇ ਖੂਬ ਨੱਚਿਆ ਅਤੇ ਬਹੁਤ ਹੀ ਖੁਸ਼ ਹੋਇਆ। ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਦਿਲਜੀਤ ਦੁਸਾਂਝ ਨੇ ਇਸ ਸ਼ੋਅ ਨੂੰ ਲਾਉਣ ਲਈ ਕਿੰਨੇ ਪੈਸੇ ਲਏ, ਤਾਂ ਪਤਾ ਚੱਲਿਆ ਕਿ ਦਿਲਜੀਤ ਦੁਸਾਂਝ ਨੂੰ ਇਸ ਸ਼ੋਅ ਦੇ 8 ਕਰੋੜ ਰੁਪਏ ਮਿਲੇ ਨੇ। ਇਥੋਂ ਤੱਕ ਕਿ ਮੁਕੇਸ਼ ਅੰਬਾਨੀ ਨੇ ਦਿਲਜੀਤ ਦੁਸਾਂਝ ਲਈ ਪ੍ਰਾਈਵੇਟ ਜੈੱਟ ਵੀ ਭੇਜਿਆ ਸੀ, ਜਿਸ ਤੇ ਦਿਲਜੀਤ ਦੁਸਾਂਝ ਦੀ ਸ਼ੋਅ ਵਿੱਚ ਐਂਟਰੀ ਹੋਈ ਸੀ। ਦਿਲਜੀਤ ਦੁਸਾਂਝ ਵੱਲੋਂ ਇੱਕ ਨਾਈਟ ਦਾ 8 ਕਰੋੜ ਰੁਪਇਆ ਚਾਰਜ ਕੀਤਾ ਗਿਆ। ਉੱਥੇ ਹੀ ਤੁਹਾਨੂੰ ਦੱਸ ਦਈਏ, ਅੰਬਾਨੀ ਪਰਿਵਾਰ ਵੱਲੋਂ ਅਨੰਤ ਅੰਬਾਨੀ ਦੇ ਵਿਆਹ ਤੇ ਹੁਣ ਤੱਕ 1000 ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ ਹੈ। ਬਾਕੀ ਤੁਸੀਂ ਦਿਲਜੀਤ ਦੁਸਾਂਝ ਦੇ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ, ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।